ਮਹਿੰਗੀ ਬਿਜਲੀ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਐਮਐਲਏ ਹੋਸਟਲ ਤੋਂ ਲੈ ਕੇ ਵਿਧਾਨ ਸਭਾ ਤੱਕ ਪੈਦਲ ਮਾਰਚ ਕੀਤਾ ਜਾ ਰਿਹਾ। ਗੱਲ ਕਰੀਏ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਹੋਣਾ ਦੀ, ਉਹਨਾਂ ਵੱਲੋਂ ਇੱਕ ਪ੍ਰਾਈਵੇਟ ਜੋ ਹੈ ਬਿੱਲ ਵੀ ਲਿਆਂਦਾ ਗਿਆ ਸੀਗਾ। ਅਮਨ ਅਰੋੜਾ ਜੀ, ਤੁਸੀਂ ਪ੍ਰਾਈਵੇਟ ਜਿਹੜਾ ਹੈਗਾ ਬਿੱਲ ਉਹ ਵੀ ਲਿਆਉਂਦਾ ਸੀਗਾ, ਤੇ ਹੁਣ ਚਰਚਾ ਚੱਲ ਰਹੀ ਸੀ ਕਿ 1 ਰੁਪਏ ਯੂਨਿਟ ਸ਼ਾਇਦ ਸਰਕਾਰ ਘੱਟ ਵੀ ਕਰ ਸਕਦੀ ਹੈਗੀ ਹੈ, ਲੇਕਿਨ ਤੁਸੀਂ ਦਾਅਵਾ ਕਰ ਰਹੇ ਹੋ ਕਿ ਇਹ ਵਧਾ ਰਹੇ ਹੈਗੇ ਨੇ। ਮੈਂ ਬੜੇ ਸਪਸ਼ਟ ਤੌਰ ਦੇ ਉੱਪਰ ਕਹਿਣਾ ਚਾਹੁੰਦਾ ਕੈਪਟਨ ਸਾਹਿਬ ਨੂੰ ਕਿ ਤੁਸੀਂ ਵਾਅਦਾ ਕੀਤਾ ਸੀਗਾ ਕਿ 3 ਪ੍ਰਾਈਵੇਟ ਥਰਮਲ ਪਲਾਂਟਾਂ ਦੇ ਐਗਰੀਮੈਂਟ ਰੱਦ ਕਰਾਂਗੇ, ਪਛਵਾੜਾ ਕੋਲ ਮਾਈਨ ਚਾਲੂ ਕਰਾਂਗੇ ਜਿਹਦੇ ਨਾਲ ਵਾਸ਼ਿੰਗ ਕੋਲ ਵਾਸ਼ਿੰਗ ਚਾਰਜ ਵਗੈਰਾ ਪੈਂਦੇ ਨੇ। ਸਭ ਤੋਂ ਮਹਿੰਗੇ ਬਿਜਲੀ ਦੀਆਂ ਦਰਾਂ ਪੰਜਾਬ ਦੇ ਵਿੱਚ ਨੇ, ਕਿਉਂਕਿ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਨਾਲ ਇਸ ਤਰੀਕੇ ਦੇ ਐਗਰੀਮੈਂਟ ਕੀਤੇ ਨੇ ਕਿ ਫਿਕਸ ਚਾਰਜਿਸ ਨੇ ਜਿਹੜੇ ਉਹ ਤਾਰਨੇ ਪੈਂਦੇ ਨੇ। ਫਿਰ ਇਹ ਕਹਿੰਦੇ ਨੇ ਕਿ ਅਸੀਂ ਵਾਈਟ ਪੇਪਰ ਹੈ ਉਹ ਜਾਰੀ ਕਰਾਂਗੇ, ਇਹਨਾਂ ਨੇ ਤਾਂ ਕੀਤਾ ਨਹੀਂ ਹੈਗਾ। ਅਸੀਂ ਆਹ ਆਮ ਆਦਮੀ ਪਾਰਟੀ ਨੇ ਵਾਈਟ ਪੇਪਰ ਜਾਰੀ ਕੀਤਾ ਹੈ, ਤੇ ਇਹਦੇ ਮੁਤਾਬਕ ਜੇ ਸਰਕਾਰ ਅੱਜ ਚੱਲ ਪਏ ਤੇ ਘੱਟੋ ਘੱਟ 3 ਤੋਂ 4 ਰੁਪਏ ਪੰਜਾਬ ਦੇ ਵਿੱਚ ਬਿਜਲੀ ਹੈ ਜਿਹੜੀ ਪਰ ਯੂਨਿਟ ਉਹ ਸਸਤੀ ਕੀਤੀ ਜਾ ਸਕਦੀ ਹੈ, ਪਰ ਕਰਦੇ ਨਹੀਂ ਹੈਗੇ ਕਿਉਂਕਿ ਪਹਿਲਾਂ ਥਰਮਲ ਪਲਾਂਟ ਵਾਲਿਆਂ ਨੂੰ ਖੁੱਲ੍ਹ ਦੇ ਰੱਖੇ ਕਿ ਤੁਸੀਂ ਪੰਜਾਬ ਨੂੰ ਲੁੱਟੋ ਤੇ ਉਹਨਾਂ ਤੋਂ ਮੁੜ ਕੇ ਕਮਿਸ਼ਨ ਆਪ ਲੈਂਦੇ ਨੇ। ਸੋ ਇਸ ਕਰਕੇ ਅਸੀਂ 4 ਸਾਲਾਂ ਤੋਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਜਾਗ ਪੈਣ, ਪਰ ਨਹੀਂ ਜਾਗਦੇ ਹੈਗੇ। ਇਸ ਵਾਰ ਵੀ ਮੈਂ ਪ੍ਰਾਈਵੇਟ ਮੈਂਬਰ ਬਿੱਲ ਵੀ ਲਾਇਆ, ਕੰਮ ਰੋਕੂ ਪ੍ਰਸਤਾਵ ਵੀ ਲਾਇਆ, ਕਾਲ ਅਟੈਂਸ਼ਨ ਮੋਸ਼ਨ ਵੀ ਲਾਇਆ, ਪਰ ਤਿੰਨੇ ਦੇ ਤਿੰਨੇ ਰਿਜੈਕਟ ਕਰ ਦਿੱਤੇ ਸਰਕਾਰ ਨੇ। ਇਹ ਕਹਿ ਕੇ ਕਿ ਮਾਮਲਾ ਤਾਜ਼ਾ ਨਹੀਂ ਹੈ, ਮੈਨੂੰ ਇੱਕ ਗੱਲ ਦੱਸੋ ਕਿ ਹਰ ਕੜੀ ਹਰ ਪਲ ਜਿਹੜੇ ਪੰਜਾਬ ਦੇ ਲੋਕ ਨੇ ਉਹ ਮਹਿੰਗੀ ਬਿਜਲੀ ਰਾਹੀਂ ਲੁੱਟੇ ਜਾ ਰਹੇ ਨੇ, ਤੇ ਮਾਮਲਾ ਤਾਜ਼ਾ ਕਿਵੇਂ ਨਹੀਂ, ਇਹ ਤਾਂ ਲੁੱਟ ਤਾਂ ਚੱਲ ਹੀ ਰਹੀ ਹੈ ਤਾਜ਼ਾ। ਕਿਵੇਂ ਦੇਖਦੇ ਹੋ, ਅਸੀਂ ਕਾਂਗਰਸੀ ਇੱਕ ਵਿਧਾਇਕ ਨਾਲ ਵੀ ਗੱਲਬਾਤ ਕੀਤੀ, ਉਹ ਕਹਿੰਦੇ ਕਿ 25 ਸਾਲ ਦੇ ਜੋ ਕੰਟਰੈਕਟ ਅਕਾਲੀ ਦਲ ਦੀ ਸਰਕਾਰ ਨੇ ਕਰ ਲਏ ਉਹਨਾਂ ਨੂੰ ਤੋੜਨਾ ਔਖਾ, ਕਿ ਵਿਧਾਨ ਸਭਾ ਦੇ ਵਿੱਚ ਇਹ ਨਹੀਂ ਕਰ ਸਕਦੇ, ਕੋਈ ਵੀ ਕਾਨੂੰਨ ਦੇ ਵਿੱਚ ਸੋਧ ਕਰ ਸਕਦੇ ਨੇ, ਅਮੈਂਡਮੈਂਟ ਹੁੰਦੀਆਂ ਹੈਗੀਆਂ ਨੇ, ਇਹ 25 ਸਾਲ ਦੇ ਐਗਰੀਮੈਂਟ ਕਿਉਂ ਨਹੀਂ ਤੋੜੇ ਜਾ ਸਕਦੇ। ਮੈਂ ਤੁਹਾਨੂੰ ਇੱਕ ਗੱਲ ਕਹਿਣਾ ਕਿ ਜਦੋਂ ਪਾਣੀਆਂ ਦੇ ਐਗਰੀਮੈਂਟ ਜਿਹੜੇ ਕਿ ਉਸ ਸਮੇਂ ਕੀਤੇ ਗਏ ਸੀ 1981 ਦੇ ਵਿੱਚ, ਉਹਦੇ ਉੱਪਰ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਦੇ, 3 ਸਟੇਟਾਂ ਦੇ, ਪੰਜਾਬ ਹਰਿਆਣਾ ਰਾਜਸਥਾਨ, 3 ਸਟੇਟਾਂ ਦੇ ਮੁੱਖ ਮੰਤਰੀ ਇਹਦੇ ਸਾਈਨ ਸੀਗੇ। ਜੇ ਉਹਨੂੰ ਇਹ ਪਵਿੱਤਰ ਵਿਧਾਨ ਸਭਾ ਰੱਦ ਕਰ ਸਕਦੀ ਹੈ ਤੇ ਕੀ 3 ਕੰਪਨੀਆਂ ਨਾਲ ਰੱਦ ਨਹੀਂ ਹੋ ਸਕਦੇ ਹੈਗੇ? ਫਿਰ ਇਸ ਤੋਂ ਇਲਾਵਾ ਅਸੀਂ ਕਿਹਾ ਤੁਸੀਂ ਵਿਧਾਨ ਸਭਾ ਚ ਲੈ ਕੇ ਆਓ ਵਿਧਾਨ ਸਭਾ ਦਾ ਰੈਜ਼ੋਲੂਸ਼ਨ ਹੈ ਜਿਹੜਾ। ਹੁਣ ਕੇਂਦਰ ਸਰਕਾਰ ਦੇ 3 ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦਾ ਵਾਸਤੇ ਤਾਂ ਆ ਕਹਿੰਦੇ ਅਸੀਂ ਰੱਦ ਕਰਤੇ, ਤੇ ਤੁਸੀਂ 3 ਕੰਪਨੀਆਂ ਨਾਲ ਨਹੀਂ ਰੱਦ ਕਰ ਸਕਦੇ? ਹੱਸੋ ਹੀ ਨਹੀਂ ਗੱਲ ਹੈਗੀ। ਔਰ ਅਗਲੀ ਗੱਲ, ਇੱਕ ਟਾਟਾ ਦੇ ਥਰਮਲ ਪਾਵਰ ਪਲਾਂਟ ਨਾਲ ਇੱਕ ਸੁਪਰੀਮ ਕੋਰਟ ਦੇ ਵਿੱਚ ਕੇਸ ਹੋਇਆ, ਜਸਟਿਸ ਨਰੀਮਨ ਦੇ, ਉਹਨਾਂ ਨੇ ਇਹ ਫੈਸਲਾ ਸੁਣਾਇਆ ਕਿ ਤੁਸੀਂ ਰੀਨੈਗੋਸ਼ੀਏਟ ਕਰ ਸਕਦੇ ਹੋ। ਉਸ ਸਬੰਧ ਦੇ ਵਿੱਚ ਟਾਟਾ ਨੇ ਸਟੇਟਾਂ ਨੂੰ ਆਪਦੇ ਰੇਟ ਨੇ ਜਿਹੜੇ ਰਿਵਾਈਜ਼ ਕਰਕੇ ਭੇਜੇ, ਵਧਾ ਕੇ ਭੇਜੇ, ਜੇ ਉਹ ਵਧਾ ਸਕਦੇ ਨੇ। ਮੈਂ ਤਾਂ ਇਹੀ ਕਹਿ ਰਿਹਾ, ਤੁਸੀਂ ਦਰਵਾਜ਼ਾ ਸੁਪਰੀਮ ਕੋਰਟ ਨੇ ਖੋਲਤਾ, ਜੇ ਉਹ ਵਧਾ ਸਕਦੇ ਨੇ ਤਾਂ ਤੁਸੀਂ ਘਟਾਉਣ ਦੀ ਗੱਲ ਤਾਂ ਕਰੋ। ਇਸੇ ਕਰਕੇ ਨਿਆਰੀ ਇੰਡਸਟਰੀ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਉਹਦੇ 3-4 ਰੀਜ਼ਨ ਨੇ। ਨੰਬਰ 1, ਲੈਂਡ ਲੌਕ ਸਟੇਟ ਹੈ, ਇੱਥੇ ਆਲੇ ਦੁਆਲੇ ਕੋਈ ਪੋਰਟ ਨਹੀਂ ਹੈ, ਨੰਬਰ 1। ਨੰਬਰ 2, ਜ਼ਮੀਨਾਂ ਨੇ ਜਿਹੜੀਆਂ ਉਹ ਮਹਿੰਗੀਆਂ ਨੇ। ਨੰਬਰ 3, ਬਿਜਲੀ ਹੈ ਜਿਹੜੀ ਉਹ ਬੇਹੱਦ ਮਹਿੰਗੀ ਹੈ ਬਾਕੀ ਸਾਰੀਆਂ ਸਟੇਟਾਂ ਦੇ ਮੁਕਾਬਲੇ। ਨੰਬਰ 4, ਲੁੱਟ ਦਾ, ਕਰਪਸ਼ਨਾਂ ਦਾ, ਈਜ਼ ਆਫ ਡੂਇੰਗ ਬਿਜ਼ਨਸ ਜਿਹਨੂੰ ਕਹਿੰਦੇ ਨੇ, ਉਹਦਾ ਨਾਮ ਨਿਸ਼ਾਨ ਨਹੀਂ ਹੈ ਪੰਜਾਬ ਦੇ ਵਿੱਚ। ਪਹਿਲਾਂ ਅਗਲਾ ਇੰਡਸਟਰੀ ਲਾਉਣ ਦੀ ਪ੍ਰਪੋਜ਼ਲ ਬਾਅਦ ਦੇ ਵਿੱਚ ਦਿੰਦਾ, ਪਹਿਲਾਂ ਕਹਿੰਦੇ ਨੇ ਸਾਨੂੰ ਦੱਸ ਕਿੰਨਾ ਹਿੱਸਾ ਦੇਗਾ। ਆਹ 4-5 ਰੀਜ਼ਨ ਨੇ ਜਿਹਦੀ ਵਜ੍ਹਾ ਕਰਕੇ ਪੰਜਾਬ ਦੇ ਵਿੱਚ ਇੰਡਸਟਰੀ ਆ ਨਹੀਂ ਰਹੀ, ਜਿਹਦੀ ਵਜ੍ਹਾ ਕਰਕੇ ਪੰਜਾਬ ਤਰੱਕੀ ਕਰਨ ਦੀ ਬਜਾਏ ਪਿਛਾਂਹ ਨੂੰ ਜਾ ਰਿਹਾ। ਇਹਨੂੰ ਟੈਕਸਿਸ, ਸਟੇਟ ਗਵਰਨਮੈਂਟ ਟੈਕਸਿਸ ਐਂਡ ਲੇਵੀਜ਼ ਕਹਿੰਦੇ ਨੇ। ਜੇ ਆਪਾਂ ਸਟੇਟ ਵਾਈਜ਼ ਗੱਲ ਕਰ ਲਈਏ ਤੇ ਟੈਕਸਿਸ ਐਂਡ ਲੇਵੀਜ਼ ਹੈ ਜਿਹੜੀ, ਇਹ ਯੂਪੀ ਦੇ ਵਿੱਚ 5 ਪੈਸੇ ਪਰ ਯੂਨਿਟ ਲੱਗਦੀ ਹੈ। ਚੰਡੀਗੜ੍ਹ ਜਿੱਥੇ ਆਪਾਂ ਘੁੰਮ ਰਹੇ ਹਾਂ ਫਿਰ ਰਹੇ ਹਾਂ, ਇੱਥੇ 9 ਪੈਸੇ ਪਰ ਯੂਨਿਟ ਹੈ। ਪੰਜਾਬ ਦੇ ਵਿੱਚ 1 ਰੁਪਏ 33 ਪੈਸੇ ਯੂਨਿਟ ਹੈ ਪਰ ਯੂਨਿਟ, ਵੀ ਜਿੰਨਾ ਉਹਨਾਂ ਨੇ ਫਿਕਸਡ ਕੋਸਟ ਪਲੱਸ ਵੇਰੀਏਬਲ ਕੋਸਟ ਲਈ ਉਹਦੇ ਉੱਪਰ 1 ਰੁਪਏ 33 ਪੈਸੇ ਤਾਂ 1 ਰੁਪਏ 33 ਪੈਸੇ ਤਾਂ ਟੈਕਸਿਸ ਲੈ ਲੈਂਦੇ ਨੇ, ਇਹਦੇ ਨਾਲ ਬਿਜਲੀ ਹੋਰ ਮਹਿੰਗੀ ਹੋ ਗਈ। ਸੋ ਇਸ ਕਰਕੇ ਇਹ ਲੁੱਟ ਦਾ ਦੌਰ ਚੱਲ ਰਿਹਾ, ਇਹਨੂੰ ਵਾਈਟ ਕਾਲਰਡ ਰੋਬਰੀ ਕਹਿੰਦੇ ਨੇ, ਕਿ ਤੁਸੀਂ ਦਫ਼ਤਰਾਂ ਦੇ ਵਿੱਚ ਬੈਠ ਕੇ ਲੋਕਾਂ ਨਾਲ ਡਾਕੇ ਮਾਰ ਰਹੇ ਹੋ। ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਰਾਜੇਸ਼ ਕੁਮਾਰ ਦੇ ਨਾਲ ETV ਭਾਰਤ ਲਈ ਵਰੁਣ ਭੱਟ।